ਸਤਿ ਸ਼੍ਰੀ ਅਕਾਲ ਜੀ, ਮੈਂ ਜਸ ਚਾਵਲਾ ਡੈਸਟਨੀ ਬੋਰਡ ਤੋਂ, ਐਂਡ ਮੇਰੇ ਨਾਲ ਭਗਵੰਤ ਸਿੰਘ, ਐਂਡ ਨਾਲ ਮੇਰੇ ਰੋਹਣੀ ਮੈਮ। ਸੋ ਮੇਰੇ ਕੋਲ ਇਹੋ ਜਿਹੀਆਂ ਪਤਾ ਨਹੀਂ ਕਿੰਨੀ ਕੁ ਵੀਡੀਓਜ਼ ਇਕੱਠੀ ਹੋਣੀਆਂ, ਜਾਂ ਇੱਦਾਂ ਕਹੀਏ ਪਤਾ ਨਹੀਂ ਕਿੰਨੇ ਕੁ ਵੀਜ਼ਾਸ ਇਕੱਠੇ ਹੋ ਚੁੱਕੇ ਆ। ਮੈਨੂੰ ਇਹ ਸਮਝ ਨਹੀਂ ਆ ਰਹੀ ਅੱਜ ਮੈਂ ਕਿਹੜੀ ਵੀਡੀਓ ਅਪਲੋਡ ਕਰਾਂ। ਯਕੀਨ ਮੰਨੋ, ਹੁਣ ਤੱਕ ਸਾਡੇ ਕੋਲੋਂ ਸਿਰਫ ਪਾਸਪੋਰਟ ਖੋਲ੍ਹਣ ਵਾਲੀਆਂ ਵੀਡੀਓਜ਼ ਨਹੀਂ ਪੈ ਰਹੀਆਂ, ਹਲੇ ਬੱਚੇ ਦੇ ਟੈਸਟੀਮੋਨੀਅਲਸ ਜਿਹੜੇ ਨੇ ਉਹ ਪੈਣੇ ਨੇ, ਹਲੇ ਬੱਚਿਆਂ ਦੇ ਫੀਡਬੈਕ ਪੈਣੇ ਨੇ। ਇਹ ਰਿਜ਼ਲਟ ਤਾਂ ਹੀ ਪੋਸੀਬਲ ਹੋ ਸਕਿਆ ਬਿਕੋਜ਼ ਜੋ ਇਹ ਕਮਿਟਮੈਂਟਸ 4 ਮਹੀਨੇ ਪਹਿਲੇ ਕੀਤੀਆਂ ਸੀਗੀਆਂ ਇਸ ਆਵਾਮ ਦੇ ਨਾਲ, ਤੁਹਾਡੇ ਫੇਸਬੁੱਕ ਦੇ ਮਾਧਿਅਮ ਰਾਹੀਂ ਜਾਂ ਯੂਟਿਊਬ ਰਾਹੀਂ, ਕਿ ਜਿਹੜਾ ਬੱਚਾ ਡੈਸਟਨੀ ਕੋਲੋਂ ਵੀਜ਼ਾ ਅਪਲਾਈ ਕਰੇਗਾ ਉਹਦਾ ਕੋਈ ਪੈਸੇ ਦਾ ਨੁਕਸਾਨ ਨਹੀਂ ਹੋਏਗਾ। ਡੈਸਟਨੀ ਉਹੀ ਕੇਸ ਕਰੇਗਾ ਜਿਨ੍ਹਾਂ ਦਾ ਵੀਜ਼ਾ ਆਉਣਾ ਹੈ। ਸੋ ਜੋ ਪ੍ਰੋਮਿਸ ਅਸੀਂ ਕੀਤੇ ਸੀ ਇਨ ਟਰਮਸ ਆਫ ਗੈਟਿੰਗ ਵੀਜ਼ਾਸ, ਕੈਸ਼ ਲੈਟਰਸ, ਇਹ ਸਭ ਅਸੀਂ ਕੰਪਲੀਟ ਕੀਤੇ। ਅੱਜ 23 ਤਰੀਕ ਹੈਗੀ ਆ ਜਿੱਥੇ ਲੋਕਾਂ ਦੇ ਕੈਸ਼ ਨਹੀਂ ਆ ਰਹੇ। ਮੈਂ ਕੋਈ ਵੀਡੀਓ ਫੇਸਬੁੱਕ 'ਤੇ ਪਾਉਂਦਾ, ਮੈਂ ਕੋਈ ਵੀਡੀਓ ਯੂਟਿਊਬ 'ਤੇ ਪਾਉਂਦਾ, ਥੱਲੇ ਕਮੈਂਟ ਦੀ ਲਾਈਨ ਲੱਗ ਜਾਂਦੀ ਹੈ ਕਿ ਮੇਰਾ ਸਪੈਸੀਫਿਕਲੀ ਆਹ ਯੂਨੀਵਰਸਿਟੀ ਤੋਂ ਕੈਸ਼ ਨਹੀਂ ਆ ਰਿਹਾ, ਤੁਹਾਡਾ ਵੀਜ਼ਾ ਕਿਵੇਂ ਆ ਗਿਆ। ਸੋ ਇਹ ਤੁਹਾਡਾ ਪਿਆਰ ਸੀ, ਤੁਹਾਡਾ ਆਸ਼ੀਰਵਾਦ ਸੀਗਾ। ਮੈਂ ਹਰ ਵੀਡੀਓ 'ਚ ਕਹਿੰਦਾ ਕਿ ਸਾਨੂੰ ਕੈਸ਼ ਲੈਣ ਦੇ ਵਿੱਚ ਅੱਜ ਤੱਕ ਵੀ ਕੋਈ ਪਰੇਸ਼ਾਨੀ ਨਹੀਂ ਆ ਰਹੀ। ਤੁਸੀਂ ਇੱਥੋਂ ਹਿਸਾਬ ਲਗਾ ਸਕਦੇ ਹੋ ਕਿ 23 ਤਰੀਕ ਹੈ, ਕੋਰਸ ਸਟਾਰਟ ਹੋ ਚੁੱਕੇ ਨੇ, ਸਾਡੇ ਕੋਲ ਯੂਨੀਵਰਸਿਟੀਜ਼ ਨੇ ਐਕਸਟੈਂਸ਼ਨ ਦੇ ਕੇ ਸਾਡੇ ਬੱਚਿਆਂ ਦੇ 1-1 ਦਿਨ 'ਚ ਵੀਜ਼ਾਸ ਵੀ ਆ ਗਏ। ਸੋ ਮੇਰਾ ਖਿਆਲ ਹੈ 23 ਤਰੀਕ ਤੋਂ ਬਾਅਦ ਸਾਡੇ 27 ਤਰੀਕ ਤੱਕ ਜਿਹੜੇ ਵੀਜ਼ਾਸ ਆਉਣ ਦੀ ਪੂਰੀ ਉਮੀਦ ਹੈਗੀ ਹੈ, ਐਂਡ ਮੋਰ ਦੈਨ 10 ਜਾਂ 12 ਪਾਸਪੋਰਟਸ ਅੱਜ ਵੀ ਸਾਡੇ ਜਿਹੜੇ ਨੇ ਅੰਬੈਸੀ ਦੇ ਵਿੱਚ ਹੈਗੇ ਨੇ। ਸੋ ਮੇਰੇ ਕੋਲ ਫੈਬ ਇਨਟੇਕ ਅੱਜ ਵੀ ਓਨ ਹੈਗਾ ਜੇਕਰ, ਲੇਕਿਨ ਫੈਬ ਤਾਂ ਹੀ ਮਿਲੇਗਾ ਜੇਕਰ ਤੁਹਾਡੇ ਫੰਡਸ ਪੁਰਾਣੇ ਨੇ। ਸੋ ਅਪ੍ਰੈਲ ਮਈ ਇਨਟੇਕ ਮੈਂ ਤੁਹਾਨੂੰ ਫਿਰ ਦੁਬਾਰਾ ਕਹਿ ਰਿਹਾ, ਜਿਵੇਂ ਕਿ ਉਹ ਦਾਅਵੇ ਮੈਂ ਕੀਤੇ ਸੀਗੇ ਇਨ ਦਾ ਮੰਥ ਆਫ ਸੈਪਟੰਬਰ ਜਾਂ ਅਗਸਤ ਵਿੱਚ, ਕਿ 2 ਸਾਲ ਦਾ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਲੈ ਕੇ, 6 ਮੰਥ ਦੇ ਪੋਸਟ ਸਟੱਡੀ ਵਰਕ ਵੀਜ਼ਾ ਨੂੰ ਲੈ ਕੇ, ਬੋਰਿਸ ਜੌਨਸਨ ਦੇ, ਜੋ ਜੌਨਸਨ ਦੇ, ਸਾਜਿਦ ਜਵੇਦ ਦੇ, ਪ੍ਰੀਤੀ ਪਟੇਲ ਦੇ, ਤੁਹਾਡੀ ਸਾਰੀਆਂ ਸਟੇਟਮੈਂਟ ਜਿਹੜੀਆਂ ਨੇ ਮੈਂ ਸ਼ੇਅਰ ਕੀਤੀਆਂ। ਸੋ ਸਾਰੇ ਦਾਅਵੇ ਸਾਡੇ ਕੀਤੇ ਗਏ ਸੱਚੇ ਹੋਏ, ਬਿਕੋਜ਼ ਯੂਕੇ ਦੇ ਨਾਲ ਸਾਡੀ ਬਹੁਤ ਪੁਰਾਣੀ ਸਾਂਝ ਹੈਗੀ ਹੈ। ਅਸੀਂ ਬਹੁਤ ਪੁਰਾਣਾ ਯੂਕੇ ਨਾਲ ਕੰਮ ਕਰਦੇ ਪਏ ਹਾਂ, ਸਾਨੂੰ ਪਤਾ। ਮੇਰੇ ਕੋਲ ਓਰੀਐਂਟੇਸ਼ਨ ਦੀਆਂ, ਪ੍ਰੀ ਡਿਪਾਰਟ ਸੈਸ਼ਨ ਦੀਆਂ ਇੰਨੀ ਕੁ ਵੀਡੀਓਜ਼ ਨੇ ਕਿ ਮੇਰੀ ਟੀਮ ਇਹੀ ਡਿਸਾਈਡ ਨਹੀਂ ਕਰ ਪਾ ਰਹੀ ਕਿਹੜੀ ਵੀਡੀਓ ਕਦੋਂ ਅਪਲੋਡ ਕਰਨੀ ਹੈ। ਸੋ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਦੁਬਾਰਾ ਇਸ ਪਲੇਟਫਾਰਮ 'ਤੇ ਕਿ ਅਗਲੇ ਇਨਟੇਕ ਵਾਸਤੇ ਵੀ ਸੇਮ ਕਾਇੰਡ ਆਫ ਰਿਜ਼ਲਟਸ ਤੁਹਾਡੇ ਅੱਗੇ ਆਉਂਦੇ ਰਹਿਣਗੇ। ਐਂਡ ਡੈਸਟਨੀ ਦੀ ਪੋਲਿਸੀ ਉਹੀ ਹੈ, ਜੇਕਰ ਤੁਹਾਡਾ ਵੀਜ਼ਾ ਨਹੀਂ ਆਉਂਦਾ, ਤੁਹਾਡਾ ਕਿਸੇ ਪੈਸੇ ਦਾ ਨੁਕਸਾਨ ਨਹੀਂ। ਐਂਡ ਡੈਸਟਨੀ ਨੂੰ ਕਿਸੇ ਕੇਸਿਸ ਜ਼ਿਆਦਾ ਕਰਨ ਦੀ ਲਾਲਚ ਨਹੀਂ ਹੈ, ਬਿਕੋਜ਼ ਆਪਾਂ ਨੰਬਰ ਗੇਮ ਨਹੀਂ ਕਰਦੇ, ਆਪਾਂ ਉਹੀ ਕੇਸ ਕਰਨੇ ਆ, ਆਪਾਂ ਉਸੇ ਬੱਚੇ ਨੂੰ ਕੇਸ ਲੈਣ ਦੀ ਹਾਂ ਕਰਨੀ ਹੈ ਜਿਹਦਾ ਵੀਜ਼ਾ ਆਪਾਂ ਲੈ ਸਕਦੇ ਹੋਈਏ, ਬਿਕੋਜ਼ ਤੁਹਾਡਾ ਸਮਾਂ ਜਿਹੜਾ ਹੈਗਾ ਸਾਡੇ ਵਾਸਤੇ ਬੜਾ ਉਹ ਇੰਪੋਰਟੈਂਟ ਰੋਲ ਪਲੇ ਕਰਦਾ। ਸੋ ਡੈਸਟਨੀ ਤੁਹਾਨੂੰ ਪ੍ਰੋਮਿਸ ਕਰਦੀ ਹੈ ਤੁਹਾਡੇ ਨਾਲ ਕੇਸ ਤਾਂ ਹੀ ਲਿੱਤਾ ਜਾਊਗਾ ਜੇਕਰ ਤੁਹਾਡਾ ਕੇਸ ਹੁੰਦਾ ਹੋਏਗਾ। ਤੇ ਇਹ ਬੱਚੇ ਬਹੁਤ ਜਲਦੀ ਆਪਣੀ ਜ਼ਬਾਨੀ ਆ ਕੇ ਤੁਹਾਡੇ ਨਾਲ ਆਪਣਾ ਫੀਡਬੈਕ ਤੁਹਾਡੇ ਨਾਲ ਸ਼ੇਅਰ ਕਰਨਗੇ। ਐਂਡ ਮੇਰਾ ਖਿਆਲ ਆ ਅੱਜ ਤੋਂ ਜਿਹੜੀ ਵੀਡੀਓਸ ਨੇ ਉਹ ਸਾਡੀ ਫੇਸਬੁੱਕ 'ਤੇ ਅਪਲੋਡ ਹੋ ਵੀ ਰਹੀਆਂ ਨੇ, ਤੁਸੀਂ ਇਹਨਾਂ ਕੋਲੋਂ ਆਪਣਾ ਸਾਡੇ ਬਾਰੇ ਸਫ਼ਰ ਕਿੱਦਾਂ ਦਾ ਰਿਹਾ ਤੁਸੀਂ ਆਪ ਵੀ ਦੇਖ ਸਕਦੇ ਹੋ। ਥੈਂਕ ਯੂ ਵੈਰੀ ਮੱਚ, ਸਤਿ ਸ਼੍ਰੀ ਅਕਾਲ।